ਸਸ਼ਿਕਾ ਜੀ ਸਾਰੇ ਵੀਰਾਂ ਨੂੰ ਕੀ ਹਾਲ ਹੈ ਸਾਰਿਆਂ ਦਾ ਇੱਕ ਨਵੇਂ ਵੀਡੀਓ ਦੇ ਵਿੱਚ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ ਸਭ ਤੋਂ ਪਹਿਲਾਂ ਤਾਂ ਮੇਰਾ ਨੰਬਰ ਨੋਟ ਕਰ ਲਓ 76963 29488 ਜੇ ਕਿਸੇ ਵੀ ਵੀਰ ਨੇ ਆਪਣੇ ਚੈਨਲ ਤੇ ਐਡ ਕਰਾਉਣੀ ਹੈ ਕੋਠੀ ਦੀ ਜ਼ਮੀਨ ਦੀ ਪਲਾਟ ਦੀ ਘਰ ਦੀ ਜਾਂ ਕਿਸੇ ਮਸ਼ੀਨਰੀ ਦੀ ਤਾਂ ਇਸ ਨੰਬਰ ਤੇ 5 ਤੋਂ 7 ਫੋਟੋ ਫੋਨ ਨੂੰ ਟੇਡਾ ਕਰਕੇ ਬਾਕੀ ਉਹਦੀ ਸਾਰੀ ਜਾਣਕਾਰੀ ਜਿੰਨੀ ਵੀ ਹੁੰਦੀ ਹੈ ਲਿਖ ਕੇ ਸੈਂਡ ਕਰ ਦਿਓ ਜੀ ਬਹੁਤ ਹੀ ਜਲਦ ਤੁਹਾਡੀ ਐਡ ਆਪਣੇ ਚੈਨਲ ਤੇ ਲਗਾ ਦੇਗੇ ਐਡ ਲਵਾਉਣ ਦਾ ਕੋਈ ਖਰਚਾ ਨਹੀਂ ਬਿਲਕੁਲ ਫਰੀ ਦੇ ਵਿੱਚ ਐਡ ਲਾਈ ਦੀ ਜੀ ਤੇ ਜਿੰਨੇ ਵੀ ਵੀਰ ਵੀਡੀਓ ਦੇਖ ਰਹੇ ਨੇ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਤੇ ਲਾਈਕ ਬਹੁਤ ਘੱਟ ਕਰ ਦਿਓ ਲਾਈਕ ਵੀ ਕਰ ਦਿਓ ਵੀਡੀਓ ਨੂੰ ਤੇ ਕਮੈਂਟ ਕਰਕੇ ਜਰੂਰ ਦੱਸੋ ਵੀਡੀਓ ਕਿਵੇਂ ਦੀ ਲੱਗੀ ਤੇ ਹੁਣ ਗੱਲ ਕਰਦੇ ਹਾਂ ਮਸ਼ੀਨਰੀਆਂ ਦੀ ਜੀ ਬਹੁਤ ਸਾਰੀਆਂ ਮਸ਼ੀਨਰੀਆਂ ਗੱਡੀਆਂ ਨੇ ਟਰਾਲੀ ਹੈ ਟਰੈਕਟਰ ਹੈ ਤਵੀਆਂ ਨੇ ਹਾਲੇ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਦੇਖ ਰਹੇ ਹੋ ਬਲਕਾਰ 650 54 ਵਾਲਾ ਦੀ ਕੰਬਾਈਨ 2014 ਮਾਡਲ ਹੈ 1350000 ਬੀ ਨੇ ਡਿਮਾਂਡ ਰੱਖੀ ਜੀ ਮੋਗਾ ਇਹਨਾਂ ਦਾ ਏਰੀਆ 85% ਟੇਰਾਂ ਦੀ ਕੰਡੀਸ਼ਨ ਪਈ ਆ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਤੇ ਕੰਪਾਈਨਰ ਜਿਹੜੀ ਬਿਲਕੁਲ ਸਾਫ਼ ਪਈ ਆ ਤੇ ਰੰਗ ਵੀ ਵਧੀਆ ਪਿਆ ਜਿੰਨਾ ਕੰਮ ਹੁੰਦਾ ਸਾਰਾ ਕਰਵਾਇਆ ਹੋਇਆ ਬਾਕੀ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ ਤੇ ਦੇ ਕੇ ਖਰੀਦ ਸਕਦੇ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਜੀ ਆਲਟੋ ਗੱਡੀ 2003 ਮਾਡਲ ਹੈ 95000 ਬੀ ਨੇ ਡਿਮਾਂਡ ਰੱਖੀ ਜੀ ਜ਼ੀਰੋ ਇਹਨਾਂ ਦਾ ਏਰੀਆ 70% ਟਾਇਰਾਂ ਦੀ ਕੰਡੀਸ਼ਨ ਪਈ ਹੈ। ਮਾਲਕਬੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ 99147 95609 ਤੇ ਗੱਡੀ ਬਿਲਕੁਲ ਸਾਫ਼ ਪਈ ਹੈ। ਜਿੰਨੇ ਕਾਗਜ਼ ਪੱਤਰ ਹੁੰਦੇ ਸਾਰੇ ਕੰਪਲੀਟ ਹੈ। ਪੀਵੀ ਨੰਬਰ ਗੱਡੀ ਹੈ। ਇੰਜਨ ਦੀ ਬੈਟਰੀ ਦੀ ਫੁੱਲ ਗਾਰੰਟੀ ਹੈ। ਕਿਸੇ ਪਾਸੋਂ ਲੱਗੀ ਨਹੀਂ ਜੀ ਗੱਡੀ ਤੇ ਬਿਲਕੁਲ ਸਾਫ਼ ਗੱਡੀ ਹੈ। ਕੰਡੀਸ਼ਨ ਬਾਕੀ ਤੁਹਾਡੇ ਸਾਹਮਣੇ ਫੋਟੋ ਆ ਰਹੀ ਹੈ। ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਹੈ ਤੇ ਗੱਡੀ ਹੈ ਜਿਹੜੀ ਬਿਲਕੁਲ ਸੋਹਣੀ ਅਤੇ ਸਾਫ਼ ਹੈ ਜੀ ਕਿਸੇ ਵੀਨੇ ਖਰੀਦਣੀ ਹੋਵੇ ਜੀਰੇ ਨਧ ਏਰੀਆ ਉੱਤੇ ਖੜੀ ਹੈ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਦੇਖ ਸਕਦੇ ਹੋ ਜਾ ਕੇ ਤੇ ਗੱਡੀ ਨੂੰ ਖਰੀਦ ਸਕਦੇ ਹੋ ਜੀ ਇਹ 95000 ਵੀਨੇ ਡਿਮਾਂਡ ਰੱਖਿਆ ਬਾਕੀ ਮੌਕੇ ਤੇ ਹੋ ਜੂਗਾ ਬਾਕੀ ਮੌਕੇ ਤੇ ਲੈਸ ਹੋ ਜਾਂਦਾ ਹੁੰਦਾ ਥੋੜਾ ਬੋਤਾ ਤੇ ਜਿੰਨੇ ਵੀ ਰੇਟ ਹੁੰਦੇ ਆ ਇਹ ਫਿਕਸ ਨਹੀਂ ਹੁੰਦੇ ਤੇ ਬਾਕੀ ਡਿਮਾਂਡ ਹੁੰਦੀ ਹੈ ਜੀ ਇੱਕ ਤੇ ਮੌਕੇ ਤੇ ਲੈਸ ਹੋ ਜਾਂਦੇ ਹੁੰਦੇ ਆ ਤੇ ਜਿੰਨੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਫਿਰ ਤਾਂ ਦੱਸ ਦਿਨੇ ਆਪਣੇ ਚੈਨਲ ਨਾਲ ਜੁੜ ਚੋ ਜੀ ਤੇ ਇਸੇ ਤਰ੍ਹਾਂ ਤੁਸੀਂ ਵੀਡੀਓ ਦੇਖਣਾ ਪਸੰਦ ਕਰਦੇ ਹੋ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਇੱਕ ਲਾਲ ਰੰਗ ਦਾ ਬਟਨ ਹੈ ਜੀ ਸਬਸਕ੍ਰਾਈਬ ਵਾਲਾ ਉਹਨੂੰ ਦਬਾ ਦਿਓ ਨਾਲੇ ਘੰਟੀ ਦਾ ਬਟਨ ਹੋਆ ਉਹਨੂੰ ਦਬਾ ਦਿਜੀਏ ਘੰਟੀ ਦੇ ਬਟਨ ਨੂੰ ਆਲਟੈ ਸੈੱਟ ਕਰ ਲਓ ਇਹਨਾਂ ਦਾ ਫਾਇਦਾ ਇਹ ਹੁੰਦਾ ਜਦੋਂ ਮੈਂ ਨਵੀਂ ਵੀਡੀਓ ਪਾਉਂ ਮਤ ਉਹਦਾ ਜਿਹੜਾ ਮੈਸੇਜ ਆ ਉਹ ਤੁਰਤ ਫਿਰ ਤੁਹਾਡੇ ਮੋਬਾਈਲ ਤੇ ਚਲਾ ਜਾਊਗਾ ਜੀ ਤੇ ਸਭ ਤੋਂ ਪਹਿਲਾਂ ਤੁਸੀਂ ਵੀਡੀਓ ਨੂੰ ਦੇਖ ਸਕੋਗੇ ਨਾਲ ਦੀ ਨਾਲ ਵੀਡੀਓ ਨੂੰ ਲਾਈਕ ਕਰ ਦਿਓ ਤੇ ਲਾਈਕ ਬਹੁਤ ਘੱਟ ਕਰ ਦਿਓ ਜੀ ਤੇ ਲਾਈਕ ਜਰੂਰ ਕਰ ਦਿਓ ਤੇ ਅੱਗੇ ਸ਼ੇਅਰ ਵੀ ਜਰੂਰ ਕਰ ਦਿਓ ਜੀ ਇਹਨਾਂ ਨਾਲ ਹੋਰ ਵੀ ਕਿਸਾਨ ਵੀਰਾਂ ਦਾ ਫਾਇਦਾ ਹੋ ਜਾਂਦਾ ਹੈ ਕਿਸੇ ਕਿਸਾਨ ਵੀਰ ਨੂੰ ਕੋਈ ਮਸ਼ੀਨਰੀ ਵੇਚਣੀ ਹੁੰਦੀ ਹੈ ਜਾਂ ਖਰੀਦਣੀ ਹੁੰਦੀ ਹੈ ਤਾਂ ਘਰ ਬੈਠੇ ਹੀ ਵੇਚ ਜਾਂ ਖਰੀਦ ਸਕਦੇ ਜੀ ਹੁਣ ਤੁਸੀਂ ਦੇਖ ਰਹੇ ਹੋ ਜੀ ਟਰਾਲੀ 1266 ਦੀ ਟਰਾਲੀ ਹੈ 2015 ਮਾਡਲ ਹੈ 1 ਲੱਖ 20 ਹਜ਼ਾਰ ਵੀ ਨੇ ਡਿਮਾਂਡ ਰੱਖੀ ਹੈ ਜਗਰਾਓ ਇਹਨਾਂ ਦੇ ਏਰੀਆ 'ਚ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਬੈੱਡ ਨਾਲ ਹੈ ਜੀ ਤੇ ਬਿਲਕੁਲ ਨਵੀਂ ਟਰਾਲੀ ਹੈ ਕਿਸੇ ਪਾਸੇ ਜਰਜਪਾ ਨਹੀਂ ਲੱਗਿਆ ਨਾ ਕੋਈ ਦਿੱਕਤ ਹੈ ਡਬਲ ਟੈਰੀ ਟਰਾਲੀ ਹੈ ਜੈਕ ਵਾਲੀ ਟਰਾਲੀ ਹੈ ਜੀ ਤੇ ਜਾ ਕੇ ਬਾਕੀ ਦੇਖ ਸਕਦੇ ਹੋ ਦੇਖ ਕੇ ਖਰੀਦ ਸਕਦੇ ਹੋ ਜੀ ਤੇ ਅੱਗੇ ਤੁਸੀਂ ਦੇਖ ਰਹੇ ਹੋ ਨਿਊ ਹੋਲੈਂਡ 3630 ਟਰੈਕਟਰ ਕੰਡੀਸ਼ਨ ਤੁਹਾਡੇ ਸਾਹਮਣੇ ਹੈ 2006 ਮਾਡਲ ਹੈ ਜੀ ਜਗਰਾਉਂ ਇਹਨਾਂ ਦੇ ਰਿਹਾ 70 ਪੈਸੇ ਟਾਇਰਾਂ ਦੀ ਕੰਡੀਸ਼ਨ ਪਈ ਹੈ ਜਿੰਨਾ ਕੰਮ ਹੁੰਦਾ ਟੋਟਲ ਵੀਰ ਨੇ ਸਾਰਾ ਕਰਵਾਇਆ ਹੋਇਆ ਹੈ ਤੇ ਬਹੁਤ ਸਾਫ ਟਰੈਕਟਰ ਪਿਆ ਜੀ ਰੰਗ ਜਿਹੜਾ ਬਿਲਕੁਲ ਸਾਫ ਪਿਆ ਤੇ ਵੀਰ ਨੇ ਬਹੁਤ ਹੀ ਸ਼ੌਕ ਨਾਲ ਰੱਖਿਆ ਜੀ ਤੇ ਮਾਲਕ ਵੀਰ ਦਾ ਨੰਬਰ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਇਹਨਾਂ ਦਾ ਨੰਬਰ ਨੋਟ ਕਰ ਲਓ 98766 33719 ਮਾਲਕ ਵੀਰ ਦਾ ਨੰਬਰ ਹੈ ਟਾਇਰਾਂ ਦੀ ਕੰਡੀਸ਼ਨ ਵਧੀਆ ਪਈ ਹੈ ਜੀ ਤੇ ਬਿਲਕੁਲ ਸਾਫ ਟਾਇਰ ਨੇ ਜਿੰਨਾ ਕੰਮ ਹੁੰਦਾ ਲਿਫਟ ਦਾ ਲਾ ਲੋ ਗੇਅਰ ਦਾ ਪੰਪ ਦਾ ਸਾਰਾ ਜਿੰਨਾ ਵੀ ਇੰਜਨ ਦਾ ਸਰਵਿਸ ਵਗੈਰਾ ਸਾਰੀ ਹੋਈ ਹੈ ਜੀ ਤੁਹਾਨੂੰ 1 ਰੁਪਿਆ ਵੀ ਉੱਤੇ ਲਾਉਣ ਦੀ ਜ਼ਰੂਰਤ ਨਹੀਂ ਬਾਕੀ ਤੁਸੀਂ ਜਾ ਕੇ ਟਰੈਕਟਰ ਨੂੰ ਦੇਖ ਸਕਦੇ ਹੋ ਜਗਰਾਉਂ ਇਹਨਾਂ ਦਾ ਏਰੀਆ ਹੈ 3 ਲੱਖ 30 ਹਜ਼ਾਰ ਵੀਨੇ ਡਿਮਾਂਡ ਰੱਖੀ ਹੈ ਤੇ ਇਕੱਲੀ ਡਿਮਾਂਡ ਹੈ ਜੀ ਬਾਕੀ ਮੌਕੇ ਤੇ ਲੈਸ ਥੋੜਾ ਬੋਤਾ ਹੋ ਜੂਗਾ ਤੇ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਚਲਾ ਕੇ ਦੇਖ ਸਕਦੇ ਹੋ ਤੇ ਆਪਦੀ ਪੂਰੀ ਤਸੱਲੀ ਕਰਕੇ ਬਾਕੇ ਟਰੈਕਟਰ ਨਾਲ ਇੱਚੇ ਤਵੀਆਂ ਪਾ ਕੇ ਪੂਰੀ ਤਸੱਲੀ ਨਾਲ ਕਰਕੇ ਤੇ ਟਰੈਕਟਰ ਨੂੰ ਖਰੀਦ ਸਕਦੇ ਹੋ ਤੇ ਅੱਗੇ ਤੁਸੀਂ ਦੇਖ ਲਓ ਜੀ ਤਵੀਆਂ ਤੇ ਹਲ ਬਿਨ ਐਡ ਪੇ ਜੇ ਤਵੀਆਂ ਤੇ ਹਲ ਦੀ ਜਿਹੜਾ ਤਵੀਆਂ ਦਾ ਰੇਟ ਹੈ ਜੀ ਉਹ ਹੈ 25000 ਤੇ ਹਲ ਦਾ ਰੇਟ ਰੱਖਿਆ ਵੀਰ ਨੇ 12000 ਤੇ ਫਤੇਗੜ ਸਾਹਿਬ ਇਹਨਾਂ ਦਾ ਏਰੀਆ ਹੈ ਮਾਲਕਬੀਰ ਦਾ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ 828997141 ਮਾਲਕਬੀਰ ਦਾ ਨੰਬਰ ਹੈ ਬਿਲਕੁਲ ਸਾਫ਼ ਹਾਲ ਪਿਆ ਜੀ ਪੂਰੇ ਹੈਵੀ ਹਾਲ ਹੈ ਤੇ ਪੂਰੀ ਹੈਵੀ ਤਵੀਆਂ ਕਿਸੇ ਵੀਰ ਨੇ ਖਰੀਦਣੀਆਂ ਹੁਣ ਤੇ ਇਹਨਾਂ ਕੋਲੋਂ ਤੁਸੀਂ ਖਰੀਦ ਸਕਦੇ ਹੋ ਤੇ ਬਿਲਕੁਲ ਸਾਫ਼ ਨੇ ਬਾਕੀ ਕੋਈ ਕਮਿਨੀ ਬਾਕੀ ਤੁਸੀਂ ਜਾ ਕੇ ਦੇਖ ਸਕਦੇ ਹੋ ਤੇ ਕੋਈ ਦਿੱਕਤ ਨਹੀਂ ਨਾਹਰਚ ਤੇ ਨਵੇ ਤਵੀਆਂ ਚ ਤੇ ਦੇਖ ਕੇ ਤੁਸੀਂ ਖਰੀਦ ਸਕਦੇ ਹੋ ਤੇ ਅੱਜ ਲਈ ਇੰਨੇ ਜੀ ਵੀਡੀਓ ਕਿਵੇਂ ਦੀ ਲੱਗੀ ਮਸ਼ੀਨਰੀਆਂ ਕਿਵੇਂ ਲੱਗੀਆਂ ਕਮੈਂਟ ਕਰਕੇ ਜਰੂਰ ਦੱਸਿਓ ਤਵੀਆਂ ਕਿਵੇਂ ਲੱਗੀਆਂ ਹਲ ਟਰੈਕਟਰ ਟਰਾਲੀ ਗੱਡੀ ਕੰਬਾਈਨਰ ਤੇ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਮਿਲਦੇ ਹਾਂ ਜੀ ਕਿਸੇ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰ ਦਿਓ ਜੀ